ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸੰਗਰੂਰ 'ਚ ਇੱਕ ਪ੍ਰੈਸ ਵਾਰਤਾ ਨੂੰ ਸੰਬੋਧਨ ਕੀਤਾ ਜਿਸ ਵਿੱਚ ਸਿੱਧੂ ਨੇ ਕਈ ਵੱਡੇ ਬਿਆਨ ਦਿੱਤੇ ਅਤੇ ਪੱਤਰਕਾਰਾਂ ਦੇ ਸਵਾਲਾਂ ਤੇ ਘੁੰਮਦੇ ਹੋਏ ਨਜ਼ਰ ਆਏ। ਸਿੱਧੂ ਦੀ ਕੋਰਸ 'ਚ ਚੱਲ ਰਹੀ ਨਾਰਾਜ਼ਗੀ ਤੇ ਵੀ ਸਿੱਧੂ ਨੇ ਕੋਈ ਸਪਸ਼ਟ ਜਵਾਬ ਨਹੀਂ ਦਿੱਤਾ। ਬਸ ਇੰਨਾ ਹੀ ਕਿਹਾ ਕਿ ਹਰ ਰਸਤਾ ਕਾਂਗਰਸ ਵਿੱਚ ਜਾ ਕੇ ਖਤਮ ਹੁੰਦਾ ਹੈ ਅਤੇ ਉਹ ਆਪ ਵਿੱਚ ਨਹੀਂ ਜਾਣਗੇ। ਸਭ ਤੋਂ ਪਹਿਲਾਂ ਕਿ ਅੰਮ੍ਰਿਤਸਰ ਕੀ ਜਨਤਾ ਜਾਣਨਾ ਚਾਹਤੀ ਹੈ, ਆਪਨੇ ਕਿਹਾ ਅੰਮ੍ਰਿਤਸਰ ਕੀ ਜਨਤਾ ਜਾਣ ਚੁੱਕੀ ਹੈ, 42,000 ਸੇ ਮੁਝੇ ਜਿਤਾ ਚੁੱਕੀ ਹੈ ਔਰ ਇਹ ਕੋਈ ਪਹਿਲਾ ਇਲੈਕਸ਼ਨ ਨਹੀਂ ਮੈਂ ਜਿੱਤਾ। ਇੱਕ ਵਾਰ ਆਦਮੀ ਸੈਲੀਬ੍ਰਿਟੀ ਜਿੱਤਾ, 6 ਇਲੈਕਸ਼ਨ ਜਬ ਆਦਮੀ ਜਿੱਤਾ ਹੈ ਉਸੇ ਕੋਈ ਪ੍ਰਮਾਣ ਦੇਣ ਦੀ ਜ਼ਰੂਰਤ ਨਹੀਂ। ਪਹਿਲੀ ਵਾਰ ਤੁਮਨੇ ਇਲੈਕਸ਼ਨ ਨਹੀਂ ਜਿਤਾਇਆ, ਕਿਸੇ ਔਰ ਨੇ ਇਲੈਕਸ਼ਨ ਨਹੀਂ ਜਿਤਾਇਆ, ਅੰਮ੍ਰਿਤਸਰ ਕੀ ਜਨਤਾ ਨੇ ਜਿਤਾਇਆ ਔਰ ਭਰਪੂਰ ਉਸੇ ਜਿਤਾਇਆ। ਨੰਬਰ ਦੋ ਸਵਾਲ ਆਪਦਾ ਇਹ ਥਾ ਕਿ ਜੀ ਆਪ ਸਿੱਧਾ ਜਵਾਬ ਦੇ, ਕਿਸਨੇ ਭੇਜਿਆ ਹੈ। ਮੈਨੇ ਕਬ ਕਹਾ ਕਿ ਸਰਕਾਰ ਨਹੀਂ ਭੇਜਤੀ ਇਧਰ? ਅਗਰ ਮੈਂ ਸਰਕਾਰ ਮੇਂ ਮੰਤਰੀ ਨਾ ਹੋਤਾ, ਅਗਰ ਮੈਂ ਲੋਗੋਂ ਕਾ ਨੁਮਾਇੰਦਾ ਨਾ ਹੋਤਾ, 5 ਵਾਰ ਜੀਤਾ ਨਾ ਹੋਤਾ, ਤੋ ਮੈਂ ਯਹਾਂ ਕਿਉਂ ਹੋਤਾ? ਠੀਕ ਹੈ। ਔਰ ਤੀਸਰੀ ਬਾਤ, ਔਰ ਕੁਛ ਪੁੱਛਣਾ ਚਾਹਤੇ ਹੋ ਤੋ ਪੁੱਛੀਏ। ਕੋਈ ਵੀ ਰਾਹ ਮੇਰੇ ਲੀਏ ਮੇਰੇ ਮਰਨ ਤੱਕ ਸਿਰਫ ਇੱਕ ਹੀ ਜਗ੍ਹਾ ਜਾਤੀ, ਕਾਂਗਰਸ ਪਾਰਟੀ। ਸੰਗਰੂਰ ਤੋਂ ਟੋਨੀ ਸ਼ਰਮਾ ਦੀ ਰਿਪੋਰਟ, ਚੈਨਲ 2।